ਜੀ ਬਾਪੂ ਜੀ ਇਹ ਉੱਧਰ ਜਿਹੜੇ ਜਾਂਦੇ ਨੇ ਪੈਸੇ ਵੀ ਕਲਦੇ ਨੇ ਜਦੋਂ ਪੰਜਾਬ 'ਤੇ ਮੁਸੀਬਤ ਆਉਂਦੀ ਹੈ ਜਦੋਂ ਕੁਛ ਹੁੰਦਾ ਨਾਲ ਖੜਦੇ ਨੇ ਵਿਦੇਸ਼ੀ ਆਪਣੇ ਭਰਾ NRI ਉਹਨਾਂ ਦੀ ਮਿਹਰਬਾਨੀ ਆ ਜਿਹੜਾ ਲੰਗਰ ਚੱਲਦਾ ਸਾਰਾ ਮਹਾਰਾਜ ਦੀ ਕਿਰਪਾ ਵਿਦੇਸ਼ਾਂ 'ਚੋਂ ਫੰਡ ਆ ਰਿਹਾ ਸਾਨੂੰ ਬਾਕੀ ਸਿੱਖ ਕੌਮ ਨੂੰ ਜਿਹੜੀ ਲੜਾਈ ਆ ਬਹੁਤ ਸੋਚ ਸਮਝ ਕੇ ਲੜਨੀ ਪਏਗੀ ਗਦਾਰਾਂ ਨੂੰ ਕੱਢਣਾ ਚਾਹੀਦਾ ਵਿੱਚੋਂ ਜਿਹੜੇ ਗਦਾਰ ਬੈਠੇ ਨੇ ਰਾਜੇਵਾਲ ਵਰਗੇ ਲੱਖੋਵਾਲ ਵਰਗੇ ਇਹਨਾਂ ਨੂੰ ਕੱਢਣਾ ਚਾਹੀਦਾ ਬਾਕੀ ਕੌਮ ਦੀ ਲੜਾਈ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ ਅਸੀਂ ਗਦਾਰ ਬਹੁਤ ਮਤਲਬ ਇੱਕ ਉਹ ਲੈਵਲ ਦੇ ਜਿਹੜੇ ਨੇਤਾ ਜਥੇਬੰਦੀ ਦੇ ਮੁਖੀ ਰਹੇ ਜਥੇਬੰਦੀ ਦੇ ਰਿਖੇ ਰਿਹਾ ਹੁਣ ਰਾਜੋਵਾਲ ਕਹਿੰਦਾ ਜੀ ਮੈਂ ਅਲੱਗ ਮੋਰਚਾ ਲਵਾਂਗਾ ਉਹਨੂੰ ਪੁੱਛ ਵੀ ਇਹ ਮੋਰਚਾ ਲੱਗਿਆ ਇਹ ਪਾਗਲ ਬੈਠੇ ਆ ਇੱਥੇ ਇੱਥੇ ਕੌਮ ਦੇ ਆਪਣਾ ਹੀਰੇ ਬੈਠੇ ਆ ਇਹ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚੱਲ ਰਿਹਾ ਤੂੰ ਇੱਥੇ ਆ ਇੱਥੇ ਉਹ ਕਹਿੰਦਾ ਮੈਂ ਵੱਖਰਾ ਮੋਰਚਾ ਲਵਾਂਗਾ ਅਤੇ ਉਹ ਫਿਰ ਸਰਕਾਰ ਦੀ ਬੋਲੀ ਬੋਲ ਰਿਹਾ ਉਹ ਜਿੱਥੋਂ ਤੱਕ ਮੇਰੇ ਸਮਝ ਆ ਮੈਂ ਵੀ 6.5 ਸਾਲ ਜੇਲ੍ਹ ਕੱਟੀ ਆ ਪਟਿਆਲਾ ਜੇਲ੍ਹ 'ਚ ਮੈਂ ਪਟਿਆਲਾ ਜੇਲ੍ਹ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਸੁਰਿੰਦਰ ਸਿੰਘ ਝਿੰਦੀ ਮੇਰਾ ਨਾਮ ਹੈ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਦਾ ਰਿਹਾ 7.5 ਦਰਬਾਰ ਸਾਹਿਬ ਅਟੈਕ ਹੋਇਆ ਸੀ ਜਦੋਂ ਦੁੱਖ ਨਿਵਾਰਨ ਸਾਹਿਬ ਪਟਿਆਲੇ ਗੁਰਦੁਆਰਾ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਸੁਖਵੰਤ ਸਿੰਘ ਅੱਕਾ ਲਈ ਸ਼ਹੀਦ ਕਰਤਾ ਜੋ 69 ਸਿੰਘ ਦੋਦੜਾ ਉਹਨਾਂ ਨਾਲ ਫੜਿਆ ਗਿਆ ਸੀ ਮੈਂ ਪਟਿਆਲੇ ਦੁੱਖ ਨਿਵਾਰਨ ਸਾਹਿਬ ਹਾਂਜੀ ਅਟੈਕ ਹੋਇਆ 34 ਗੁਰਦੁਆਰੇ ਦੇ ਇੱਕੋ ਟਾਈਮ ਹੋਇਆ ਸੀ ਹਾਂਜੀ ਸਾਡੇ ਸਾਹਮਣੇ ਲਾਸ਼ਾਂ ਲੈ ਕੇ ਗਏ ਨੇ ਬਾਬਾ ਜੀ ਬਾਪੂ ਜੀ ਨੇ ਇੱਕ NRI ਵਾਲੀ ਕੀਤੀ ਸੋ ਕਿਸੇ ਚੰਗੇ ਮੰਤਵ ਵਾਸਤੇ ਜੇ NRI ਪੈਸੇ ਘੱਲਦੇ ਆ ਨਾ ਸਪੋਰਟ ਕਰਦੇ ਆ ਕਿਸਾਨ ਅੰਦੋਲਨ ਨੂੰ ਸਪੋਰਟ ਕੀਤਾ ਮੈਨੂੰ ਖੁਦ ਉਹਨਾਂ ਨੇ 10 ਲੱਖ ਰੁਪਏ ਦੀ ਰਸਦ ਸਮੱਗਰੀ ਮੈਂ ਲੈ ਕੇ ਟਿੱਕਰੀ ਬਾਰਡਰ ਗਿਆ ਕਿਸਾਨਾਂ ਨੂੰ ਕੰਬਲ ਸਾਰਾ ਕੁਛ ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕਰਦੇ ਨੇ ਸੋ NRI ਦਾ ਸਹਿਯੋਗ ਬੇਮਿਸਾਲ ਹੈ ਠੀਕ ਆ 7 ਸਮੁੰਦਰ ਪਾਰ ਚਲੇ ਗਏ ਉਹਨਾਂ ਨੇ ਦੁਨੀਆ ਦੇਖੀ ਆ ਉਹਨਾਂ ਨੂੰ ਐਕਸਪੀਰੀਅੰਸ ਆ ਚੰਗੇ ਮਾੜੇ ਦਾ ਐਜੂਕੇਟਡ ਹੋ ਗਏ ਅਤੇ ਉਹ ਇਹ ਸੰਘਰਸ਼ਾਂ ਦੀ ਅੱਜ ਸਪੋਰਟ ਕਰ ਰਹੇ ਨੇ ਧੰਨਵਾਦ ਕਰਦਾ ਮੈਂ NRI ਜਿੰਨੇ ਸਪੋਰਟ ਕਰ ਰਹੇ ਨੇ ਜਿੰਨੇ ਅੰਦੋਲਨ ਹੈ ਪੰਜਾਬ ਖੜ੍ਹਾ ਕਰ ਰਿਹਾ NRI ਸਪੋਰਟ ਕਰ ਰਹੇ ਨੇ ਇਹ ਇੱਕ ਟੀਮ ਵਰਕ ਹੈ ਅਤੇ ਇਹ ਜਿਵੇਂ ਬਾਪੂ ਜੀ ਨੇ ਕਿਹਾ ਰਾਜੋਵਾਲ ਕਿਉਂ ਨਹੀਂ ਆਉਂਦਾ ਰਾਜੋਵਾਲ ਬਈ ਸੋ ਉਹਨਾਂ ਨੇ ਦੇਖ ਲਿਆ ਨਾ ਕਿ ਪੱਲੇ ਕੀ ਹੈ ਇਲੈਕਸ਼ਨਾਂ 'ਚ ਗਏ ਸੀ ਨਾ ਸੋ ਇਹ ਜੇ ਕਿਸਾਨ ਅੰਦੋਲਨ 'ਚ ਜਾ ਕੇ ਲੋਕ ਉੱਥੇ ਖੜ ਗਏ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਇਹ ਸਾਡੀ ਜਿੱਤ ਹੈ ਲੱਤ ਮਾਰਨੀ ਚਾਹੀਦੀ ਪੰਜਾਬੀਅਤ ਦੀ ਜਿੱਤ ਸੀ ਸਿੱਖ ਜਿਹੜਾ ਮੈਂ ਕਿਹਾ ਨਾ ਵੀ ਜਿਹੜਾ 26 ਜਨਵਰੀ ਨੂੰ ਜਿਹੜਾ ਉੱਥੇ ਝੰਡਾ ਚਲਾਇਆ ਸੀ ਅਸੀਂ ਵੀ ਗਏ ਸੀ ਖਾਲਸੇ ਰਾਜ ਦੀ ਪ੍ਰਤੀਕ ਆ ਉਹ ਚੀਜ਼ਾਂ ਖਾਲਸੇ ਰਾਜ ਦਾ ਮੀਨਸ ਕੀ ਹੈ ਤੁਸੀਂ ਰਣਜੀਤ ਸਿੰਘ ਦਾ ਰਾਜ ਦੇਖਿਆ ਸਾਰੇ ਪਹਿਲਾਂ ਦੇਖੇ ਨੇ ਹਰ ਇੱਕ ਨੂੰ ਸਮਾਨਤਾ ਦਾ ਜਿਹੜਾ ਅਧਿਕਾਰ ਮਿਲਦਾ ਉਹ ਖਾਲਸਾ ਰਾਜ ਹੈ ਅੱਛਾ ਬਾਪੂ ਜੀ ਹੁਣ ਆਪਾਂ ਨੂੰ ਇੱਕਮਿਕ ਹੋਣ ਦੀ ਲੋੜ ਆ ਜਿਸ ਤਰ੍ਹਾਂ ਹਰਬੰਦੀ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕਮਿਕ ਤੇ ਕੌਮ ਧੜਿਆਂ 'ਚ ਵੰਡੀ ਵੀ ਆ ਡੇਰਾਵਾਦ ਨੇ ਬਹੁਤ ਗੰਦ ਪਾਇਆ ਇੱਥੇ ਢੱਡਰੀਆਂ ਨਾਲ ਆਪਣੀ ਅਲੱਗ ਬੋਲੀ ਬੋਲਣ ਡਿਆ ਉਹ ਕਹਿੰਦਾ ਮਾੜਾ ਢੱਡਰੀਆਂ ਵਾਲੇ ਤੋਂ ਮਾੜਾ ਹੁਣ ਮਾੜੇ ਨੂੰ ਮਾੜਾ ਨਹੀਂ ਕਹਾਂਗੇ ਤੇ ਚੰਗੇ ਨੂੰ ਚੰਗਾ ਕਿਵੇਂ ਕਹਾਂਗੇ ਢੱਡਰੀ ਵਾਲੇ ਨੂੰ ਮਾੜਾ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਮਾੜਾ ਕਹਿੰਦੇ ਚੰਗਾ ਕੌਣ ਮਾੜੀ ਹੈ ਸ਼੍ਰੋਮਣੀ ਕਮੇਟੀ ਦੇ ਭਾਜੀ ਨੇ ਨਲੈਕੀਆਂ ਦੱਸੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਾਡੇ ਸਿੱਖ ਕੌਮ ਦੇ ਬੱਚਿਆਂ ਨੂੰ ਨਾਂ ਦੁਰ ਕਰ ਰਿਹਾ ਹੁੰਦਾ ਸਾਡੀ ਕੌਮ ਦੀ ਇਹ ਬੇਪੱਤੀ ਨਾ ਹੁੰਦੀ ਅੱਛਾ ਫਿਰ ਚੰਗਾ ਕੌਣ ਹੈ ਬਾਪੂ ਜੀ ਚੰਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਫਰੀਦਾ ਬੁਰਾ ਵੇਖਣ ਮੈਂ ਚੱਲਿਆ ਬੁਰਾ ਨਾ ਮਿਲਿਓ ਕੋਈ ਆਪਣੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਮਾਇਆ ਜੱਗ ਉੱਚੇ ਚੜ੍ਹ ਕੇ ਵੇਖਿਆ ਘਰ ਘਰ ਇਹ ਅੱਗ ਇਹ ਘਰ ਘਰ ਅੱਗ ਲੱਗੀ ਹੈ ਭਾਜੀ ਅੱਛਾ ਤੁਸੀਂ ਸਾਰਿਆਂ ਨੇ ਵਕਤ ਦਿੱਤਾ ਮੇਰੇ ਬਹੁਤ ਬਹੁਤ ਧੰਨਵਾਦ ਸੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆ ਪਿੰਡਾਂ ਪਿੰਡਾਂ ਤੋਂ ਮੈਂ ਪਰਮ ਨੂੰ ਕਹਿਣਾ ਸੈਣਾ ਪਿੰਡ ਆ ਜਾਂ ਹੋਰ ਪਿੰਡ ਨੇ ਜਿਨ੍ਹਾਂ ਦੇ ਪੋਸਟ ਲੱਗੇ ਹੋਏ ਨੇ ਸੋ ਉਹਨਾਂ ਦੇ ਪਿੰਡਾਂ ਪਿੰਡਾਂ ਤੋਂ ਹੁਣ ਤੰਬੂ ਲੱਗ ਚੁੱਕੇ ਨੇ ਪਿੰਡਾਂ ਦੀ ਸੰਗਤਾਂ ਆ ਰਹੀਆਂ ਨੇ ਅਤੇ ਜਿੱਥੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਹੋਰ ਜ਼ੋਰ ਫੜ ਰਿਹਾ ਹੈ।